ਸ਼ਾਹਕੋਟ ਉਪ ਚੋਣ ਵਿੱਚ ਜਿੱਤ ਹਾਸਲ ਕਰਨ ਵਾਲੇ ਕਾਂਗਰਸੀ ਵਿਧਾਇਕ ਹਰਦੇਵ ਸਿੰਘ ਲਾਡੀ ਸ਼ਿਰੋਵਾਲੀਆ ਨੇ ਪੰਜਾਬ ਵਿਧਾਨ ਸਭਾ ਵਿੱਚ ਸਹੁੰ ਚੁੱਕੀ। ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕਮਰਪਾਲ ਸਿੰਘ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੌਜੂਦਗੀ ਵਿੱਚ ਲਾਡੀ ਨੂੰ ਸਹੁੰ ਚੁਕਵਾਈ। ਇਸ ਦੌਰਾਨ ਕਾਂਗਰਸ ਦੇ ਕਈ ਵੱਡੇ ਆਗੂ ਮੌਜੂਦ ਰਹੇ। ਮੁੱਖ ਮੰਤਰੀ ਨੇ ਕਾਂਗਰਸ ਦੀ ਜਿੱਤ ਲਈ ਸ਼ਾਹਕੋਟੀਆਂ ਦਾ ਧੰਨਵਾਦ ਵੀ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਸ਼ਿਲਾਂਗ ਦੇ ਸਿੱਖਾਂ ਨੂੰ ਮਿਲਣ ਗਏ ਵਫਦ ਦੀ ਕਾਰਗੁਜ਼ਾਰੀ ਬਾਰੇ ਵੀ ਦੱਸਿਆ। ਅਸੀਂ ਪੰਜਾਬ ਨੂੰ ਕਿ ਸਾਨੂੰ ਦੋ ਤਿਹਾਈ ਦੇ ਦਿਓ, ਕਦੇ ਕਦੇ ਲੋੜ ਪੈਂਦੀ ਹੈ, ਵਿਦ ਸਟਰੈਂਥ ਦੀ ਪੂਰੀ ਸਟਰੈਂਥ ਸਾਡੇ ਕੋਲ ਆ ਗਈ ਹੈ, ਤਾਂ ਬੜੀ ਖੁਸ਼ੀ ਦੀ ਗੱਲ ਹੈ। ਔਰ ਮੈਂ ਸ਼ਾਹਕੋਟ ਵਾਲਿਆਂ ਸਾਰਿਆਂ ਨੂੰ ਬੜਾ ਧੰਨਵਾਦੀ ਹਾਂ ਉਹਨਾਂ ਦਾ। ਦੇ ਮੈਟ ਚੀਫ ਮਿਨਿਸਟਰ ਨੂੰ ਮਿਲੇ ਨੇ, ਗੁਰਦੁਆਰਾ ਸਾਹਿਬ ਗਏ ਨੇ, ਸਾਰੀ ਕਮਿਊਨਿਟੀ ਨੂੰ ਮਿਲੇ ਨੇ। ਅੱਜ ਫਿਰ ਉਹਨਾਂ ਦੀ ਮੀਟਿੰਗ ਹੈ ਸ਼ਾਮ ਨੂੰ, ਐਂਡ ਦੈਨ ਦੇ ਵਿਲ ਬੀ ਰਿਟਰਨਿੰਗ ਟੁਮੋਰੋ। ਦੇ ਆਰ ਸੈਟਿਸਫਾਈਡ ਕਿ ਐਟ ਦ ਮੋਮੈਂਟ ਬਿਲਕੁਲ ਕੋਈ ਡੈਮੇਜ ਨਹੀਂ ਹੋਇਆ ਗੁਰਦੁਆਰਾ ਸਾਹਿਬ ਨੂੰ, ਕੁਛ ਨਹੀਂ ਹੋਇਆ। ਸੀ ਐਮ ਨੂੰ ਵੀ ਮਿਲ ਰਹੇ ਨੇ ਸ਼ਾਮ।